ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਏਡੀ ਤਗੜੀ ਹੋਵੇ ਜਿਵੇਂ ਸੰਨ 99 ਚ 1999 ਚ ਜਿੱਡੀ ਵੱਡੀ ਜਿੱਤ ਭਾਈ ਮਾਨ ਸਾਹਿਬ ਦੀ ਹੋਈ ਓਡੀ ਵੱਡੀ ਜਿੱਤ ਕਰਾ ਦਿਓ। ਹੁਣ ਤੁਹਾਡੇ ਕੋਲ ਇੱਕ ਮੌਕਾ ਹੈ, ਵੋਟ ਪਾ ਕੇ ਵੋਟ ਦੀ ਤਾਕਤ ਨਾਲ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਚੋਂ ਕਢਾ ਸਕਦੇ ਹੋ। ਕੋਈ ਤੁਹਾਨੂੰ ਗੰਨ ਨਹੀਂ ਚੁੱਕਣੀ ਪੈਣੀ, ਕੋਈ ਤੁਹਾਨੂੰ ਗ੍ਰਿਫਤਾਰੀ ਨਹੀਂ ਦੇਣੀ ਪੈਣੀ। ਵੋਟ ਪਾਉਣੀ ਹੈ ਤੇ ਉਹ ਵੀ ਗੁਪਤ ਤੌਰ ਤੇ ਜਾ ਕੇ ਪੈਂਦੀ ਹੈ। ਇਹ ਮੌਕਾ ਬਹੁਤ ਵੱਡਾ ਮੌਕਾ। ਮੈਂ ਸੋਚਦਾ ਸੀ ਤੁਹਾਡਾ ਇਲਾਕਾ ਤੁਹਾਡਾ ਪਿੰਡ ਵਿੱਚ ਪੈਂਦਾ, ਪਰ ਇਹ ਹੱਦ ਹੈ। ਜਿੱਥੇ ਜਿੱਥੇ ਤੁਹਾਡਾ ਜ਼ੋਰ ਪੈਂਦਾ ਉੱਥੇ ਉੱਥੇ ਜਾ ਕੇ ਆਪਣੇ ਸੱਜਣਾ ਮਿੱਤਰਾਂ ਨੂੰ, ਭੈਣ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ ਕਹਿ ਕੇ ਅੰਮ੍ਰਿਤਪਾਲ ਸਿੰਘ ਦੀ ਮਦਦ ਕਰੋ। ਦੁੱਖ ਤੇ ਇਸ ਗੱਲ ਦਾ ਹੈ ਭਾਈ ਆਮ ਪਾਰਟੀ ਖਿਲਾਰੇ ਆਪਣਾ ਬੰਦਾ, ਬੀਜੇਪੀ ਖਿਲਾਰੇ ਆਪਣਾ ਬੰਦਾ, ਕਾਂਗਰਸ ਖਿਲਾਰੇ ਆਪਣਾ ਬੰਦਾ। ਸਾਨੂੰ ਅਕਾਲੀ ਦਲ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਮੁਕਾਬਲੇ ਤੇ ਕੋਈ ਕੈਂਡੀਡੇਟ ਨਹੀਂ ਸੀ ਖਿਲਾਰਨਾ ਚਾਹੀਦਾ। ਜੇ ਖਿਲਾਰ ਵੀ ਲਿਆ ਉਸ ਗੱਲ ਉੱਤੇ ਵਿਚਾਰ ਕਰਕੇ ਕੈਂਡੀਡੇਟ ਵਾਪਸ ਲਿਆ ਜਾ ਸਕਦਾ। ਜੇ ਇੱਕ ਥਾਂ ਤੋਂ ਖਡੂਰ ਸਾਹਿਬ ਤੋਂ ਕੈਂਡੀਡੇਟ ਅਕਾਲੀ ਦਲ ਪਿੱਛੇ ਲੈਂਦਾ ਤੇ ਬਾਕੀ 12 ਸੀਟਾਂ ਵਿੱਚ ਜਾਨ ਪੈ ਜੂ ਜਾਨ। ਮੈਂ ਕੌਮ ਦਾ ਕਮਿਸ਼ਨਰ ਹਾਂ ਤੇ ਮੈਨੂੰ ਇਹ ਗੱਲਾਂ ਕਰਨ ਦਾ ਹੱਕ ਹੈ, ਆਪਣਾ ਸੁਝਾਓ ਦੇਣ ਦਾ ਹੱਕ ਹੈ।